देख रहे हो सांझ टीवी न्यूज पोर्टल। ਗੁਰਦਾਸਪੁਰ ਦੇ ਦੀਨਾਨਗਰ ਦੇ ਪਿੰਡ ਮੁਗਰਾਲਾ 'ਚ ਦੀਵਾਲੀ ਵਾਲੀ ਰਾਤ ਪੁਰਾਣੀ ਰੰਜਿਸ਼ 'ਤੇ ਚੱਲਦਿਆਂ ਦੋ ਗੁੱਟਾਂ ਦੇ ਹੋਏ ਆਪਸੀ ਝਗੜੇ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੋ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਲੜਕੇ ਦਾ ਪਿਛਲੇ ਦਿਨੀ ਕਿਸੇ ਗੱਲ ਨੂੰ ਲੈ ਕੇ ਦਵਿੰਦਰ ਸੈਣੀ ਨਾਂ ਦੇ ਵਿਅਕਤੀ ਨਾਲ ਝਗੜਾ ਹੋਇਆ ਸੀ, ਜਿਸ ਦੇ ਚੱਲਦਿਆਂ ਦਵਿੰਦਰ ਨੇ ਦੀਵਾਲੀ ਵਾਲੀ ਰਾਤ ਉਸ ਦੇ ਬੇਟੇ ਅਤੇ ਉਸ ਦੇ ਦੋ ਸਾਥੀਆਂ 'ਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਹਨਾਂ ਦੇ ਲੜਕੇ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸਦੇ ਦੋਵੇਂ ਦੋਸਤ ਗੰਭੀਰ ਜ਼ਖਮੀ ਹੋ ਗਏ। ਮਤਲਬ ਕਿ ਰੰਜਿਸ਼ ਚੱਲ ਰਹੀ, ਮਤਲਬ ਕਿ ਮਹੀਨਾ ਕੁ ਹੋਇਆ, ਇਹਦੇ ਸਾਡੇ ਮੁੰਡੇ ਦੇ ਛੋਟੇ ਨੂੰ ਪਠਾਨਕੋਟ ਗੱਡੀਆਂ ਦਾ ਕੰਮ ਕਰਦਾ ਸੀਗਾ, ਉੱਥੋਂ ਚੱਲ ਕੇ ਆਉਣ ਡਿਆ। ਇਹ ਤਿੰਨ ਜਣੇ ਸੀਗੇ, ਇਹ 10-12 ਜਣੇ, ਇਹਨਾਂ ਪਰਮਾਨੈਂਟ ਲਾ ਕੇ ਘੇਰ ਕੇ ਉਹਨੂੰ ਸੱਟਾਂ ਲਾਈਆਂ, ਠੀਕ ਹੈ ਜੀ। ਸੱਟਾਂ ਲਾਉਣ ਦੇ ਬਾਵਜੂਦ ਇਹਨਾਂ ਦੇ ਮਤਲਬ ਕਿ ਇੱਕ ਮੇਰੇ ਮੁੰਡੇ ਦੇ ਇੱਥੇ ਦਾਤਰ ਮਾਰਿਆ, ਇੱਕ ਬਾਂਹ 'ਤੇ ਮਾਰੀ ਕਿਰਪਾਨ, ਦੂਜੇ ਮੁੰਡੇ ਵੀ ਗੁੱਟੇ ਨਾਲ। ਉਹਦੇ ਬਾਵਜੂਦ ਅਸੀਂ ਪਰਚਾ ਦਰਜ ਕਰਾ ਤਾ, ਪਰਚਾ ਦਰਜ ਕਰਾ ਕੇ ਅਤੇ ਸਾਡੀ ਕਿਸੇ ਨੇ ਵੀ ਕਾਰਵਾਈ ਕਾਨੂੰਨੀ ਕਾਰਵਾਈ ਨਹੀਂ ਕੀਤੀ, ਨਹੀਂ ਸੁਣੀ ਕਿਸੇ ਨੇ। ਉਹ ਫਿਰ ਅਸੀਂ ਪ੍ਰਭਾਵ ਪਾ ਕੇ ਬੰਦਿਆਂ ਦਾ ਅਸੀਂ ਪਰਚਾ ਦਰਜ ਕਰਾਇਆ ਅਤੇ ਉਹਦੇ ਬਾਵਜੂਦ ਵੀ SSO ਨੇ ਕੋਈ ਮਤਲਬ ਕਿ ਸਾਡੀ ਸ਼ਨਾਖਤ ਨਹੀਂ ਕੀਤੀ। ਹੁਣ ਕੋਈ ਗੱਲ ਨਹੀਂ ਜੀ, ਹੁਣ ਰਾਤੀ ਮਤਲਬ ਕਿ ਦੀਵਾਲੀ ਹੀ ਇੱਥੇ ਮੁੰਡਾ ਪਹਿਲਾਂ ਮਤਲਬ ਕਿ ਕੋਈ ਖਾਣ ਪੀਣ ਵਾਸਤੇ ਲਿਆਂਦੇ ਜਿੱਦਾਂ ਘਰ ਛੱਡ ਕੇ ਗਿਆ, ਅੱਗੇ ਗਿਆ ਅਤੇ ਇਹਨਾਂ ਨੇ ਮੁੰਡਾ ਡਰਾਈਵਰ ਰੱਖਿਆ ਸੀਗਾ, ਉਹਨੂੰ ਕਿਤੇ ਕੁੱਟਣ ਦੇ, ਇਹ ਵੀ ਚਲ ਗਿਆ ਉਹਨਾਂ ਲਾਗੇ ਵੀ ਕੀ ਕਰਨ ਨੂੰ ਕੋਈ ਮਾਰਨ ਦਿਓ ਉਹਨਾਂ ਕੋਲ ਹੀ ਚਲਾ ਤੀ। ਤਿੰਨ ਜਾਣੇ ਸੀ ਮਤਲਬ ਕਿ ਇਹ ਫਾਇਰ ਕਰਨ ਵਾਲੇ, ਤਿੰਨ ਪਿਸਤੌਲ ਸੀ ਇਹਨਾਂ ਕੋਲ ਅਤੇ 6 ਫਾਇਰ ਇਹਦੇ ਕੀਤੇ ਆ, 6 ਗੋਲੀਆਂ ਇਹਦੇ ਮਾਰੀਆਂ ਅਤੇ 2 ਇੱਕ ਮੁੰਡੇ ਦੇ ਮਾਰੀਆਂ, ਇੱਕ ਮੁਖਵਿੰਦਰ ਸਿੰਘ ਦੀ ਮੌਤ ਹੋ ਗਈ ਜੀ ਅਤੇ ਇਹਨੇ 2 ਜ਼ਖਮੀ ਹੋਏ। ਅਤੇ ਹਾਂ, ਜੇ ਪੁਲਿਸ ਨੇ ਨਾ ਇਹਨਾਂ ਨੇ ਢਿੱਲ ਵਰਤੀ ਕੰਮ ਹੋਣੇ ਨਹੀਂ, ਪੁਲਿਸ ਨੇ ਉਹਨਾਂ ਕੋਲ ਪੈਸੇ ਪੂਸੇ ਖਾਧੇ, ਸਾਡੇ ਕੋਲ ਵੀ ਖਾਧੇ 3000 ਰੁਪਏ ਉਹਨਾਂ ਨੇ, ਮਤਲਬ ਕਿ ਕਾਰਵਾਈ ਪੂਰੀ ਕਰਦੀ ਤਾਂ ਮਤਲਬ ਨਹੀਂ ਉਹਦਾ ਕੰਮ ਨਹੀਂ ਹੋਣਾ, ਨਹੀਂ ਹੋਣਾ। ਅੱਜ ਤੋਂ 2 ਮਹੀਨੇ ਪਹਿਲਾਂ ਇੱਕ ਝਗੜਾ ਕੀਤਾ ਇਹਨਾਂ ਨੇ ਇਸੇ ਪਾਰਟੀ, ਜਿਨ੍ਹਾਂ ਨੇ ਅੱਜ ਗੋਲੀਆਂ ਚਲਾਈਆਂ ਉਹਦੇ ਮਤਲਬ ਇੱਥੇ ਪਰਮਾਨੰਦ ਨਾਲ ਝਗੜਾ ਕੀਤਾ ਉਹਨਾਂ ਨੇ, ਪਰਮਾਨੰਦ ਝਗੜਾ ਕੀਤਾ ਉਹਦੇ ਮਤਲਬ ਅਸੀਂ ਇੱਕ FIR ਦਰਜ ਕਰਾਈ ਤਾਰਾਗੜ੍ਹ ਥਾਣੇ। ਉਹ ਅੱਜ ਮਤਲਬ 9 ਤਰੀਕ ਨੂੰ ਮਹੀਨਾ ਹੋ ਗਿਆ ਅਤੇ 10 ਤਰੀਕ ਨੂੰ ਮੁੜ ਕੇ ਪ੍ਰੈਸ਼ਰ ਪਾ ਕੇ ਤਾਂ ਅਸੀਂ ਇਹਨਾਂ ਦੇ ਪਰਚਾ ਕਰਵਾਇਆ। ਉਹ ਪਰਚਾ ਜਿਹੜਾ ਮਤਲਬ 25 ਦਾ ਪਰਚਾ ਬਣਿਆ ਪਿਆ, ਕਦਾ 31 ਦਿਨ ਦੇ ਵਿੱਚ SHO ਨੇ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ, ਪਹਿਲੇ ਝਗੜੇ ਦੇ ਕੋਈ ਕਾਰਵਾਈ ਨਹੀਂ ਕੀਤੀ। ਵਿਹਲੇ ਫਿਰਨ ਡੇ ਸੀ ਉਹਦੀ ਰੰਜਿਸ਼ ਵਿੱਚ, ਇਹਨਾਂ 1-2 ਵਾਰੀ ਪਹਿਲਾਂ ਮਤਲਬ ਫੋਨ ਵੀ ਕੀਤੇ ਮੁੰਡੇ ਨੂੰ ਵੀ ਹਾਂ ਤੈਨੂੰ ਵੇਖਣਾ, ਅਸੀਂ ਤੈਨੂੰ ਦੁਆਲੀ ਨਹੀਂ ਸੁੱਕੀ ਲੰਘਣ ਦੇਣੀ, ਕਿਉਂਕਿ ਉਹਨਾਂ ਨੇ ਕੱਲ੍ਹ ਸ਼ਾਮਾਂ ਨੂੰ 8:45 ਇੱਥੇ ਦੁਕਾਨ ਆ, ਉਹ ਦੁਕਾਨ ਦੇ ਵਿੱਚ ਉਹ ਇੱਕ ਦਵਿੰਦਰ ਸੈਣੀ ਜਿਹੜਾ ਉਹਨੇ ਉਹ ਰੰਜਿਸ਼ ਰੱਖ ਕੇ ਅਤੇ ਉਹਨੂੰ ਮਤਲਬ ਆਉਂਦੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ। ਲੇਕਿਨ 6-7 ਜਣੇ ਤਾਂ ਮਤਲਬ ਸਾਹਮਣੇ ਆਏ ਨੇ, ਉਹ ਵੀ ਹੋਰ ਮੁੰਡੇ ਜਦੋਂ ਮਤਲਬ ਪਛਾਣ ਕੀਤੀ ਉਹਨਾਂ ਫੱਟਰ 3 ਜਣੇ ਹੋਏ ਜੀ। ਇਸ ਮਾਮਲੇ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਆਰੋਪੀ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਸਿੰਘ ਲੰਬੜਦਾਰ ਦੇ ਬਿਆਨ ਤੇ ਪਰਚਾ ਦਰਜ ਹੋਇਆ FIR ਨੰਬਰ 188 ਅੰਡਰ ਸੈਕਸ਼ਨ 302 307 147 149 25-8 ਆਰਮ ਐਕਟ। ਸੋ ਇਹ ਪਿਆਰਾ ਸਿੰਘ ਅਤੇ ਇਹਦਾ ਭਰਾ ਜਿਹੜੇ ਉੱਥੋਂ ਜਾ ਰਹੇ ਸੀਗੇ ਤਾਂ ਉਹਨਾਂ ਵੇਖਿਆ ਵੀ ਇਹ 3 ਜਣੇ ਖੜ੍ਹੇ ਸੀ ਉੱਥੇ, ਮੁਖਵਿੰਦਰ ਜਿਹੜਾ ਕਿ ਇਹਦਾ ਭਤੀਜਾ ਆ ਪਿਆਰਾ ਸਿੰਘ ਦਾ, ਨਾਲ ਰਾਹੁਲ ਅਤੇ ਸੂਰਜ, ਇਹ ਤਿੰਨੇ ਉੱਥੇ ਖੜ੍ਹੇ ਸੀ। ਤਾਂ ਇਹ 7 ਜਣੇ ਆਏ ਆ ਮੋਟਰਸਾਈਕਲਾਂ 'ਤੇ, ਜੋ 3 ਬੰਦੇ ਮੁਗਲਾੜੇ ਦੇ ਰਹਿਣ ਵਾਲੇ ਆ, ਬਾਕੀ 3-4 ਜਿਹੜੇ ਆ ਦੀਨਾਨਗਰ ਨੇੜੇ ਦੇ ਆ, ਇੱਕ ਹੈਗਾ ਤਾਰਾਗੜ੍ਹ ਦਾ ਦਵਿੰਦਰ ਸੈਣੀ, ਕਾਕਾ ਪੰਕਜ, ਬੰਟੀ, ਸਾਜਨ ਅਤੇ ਅੰਕੁਸ਼, ਇਹ 7 ਜਣੇ ਨੇ ਆ ਕੇ ਅਤੇ ਇਹ ਦਵਿੰਦਰ ਅਤੇ ਕਾਕੇ ਦੇ ਕੋਲ ਪਿਸਟਲ ਸੀਗੇ, ਉਹਨਾਂ ਨੇ ਆ ਕੇ ਅਤੇ ਨਾਲੇ ਉਹਨਾਂ ਨੂੰ ਕੁੱਟਿਆ ਮਾਰਿਆ ਅਤੇ ਨਾਲੇ ਉਹਨਾਂ ਦੇ ਗੋਲੀਆਂ ਮਾਰੀਆਂ, ਅਤੇ ਉਹ ਜਿਹਦੇ 'ਚ ਕਿ ਮੁਖਵਿੰਦਰ ਦੇ ਕਾਫੀ ਗੋਲੀਆਂ ਲੱਗੀਆਂ ਅਤੇ ਜਿਹੜਾ ਕਿ ਜਦੋਂ ਹੋਸਪਿਟਲ ਲੈ ਕੇ ਗਏ ਤਾਂ ਉਹਦੀ ਮੌਤ ਹੋ ਗਈ। ਰਾਹੁਲ ਇਹਦੇ ਵੀ ਕਾਫੀ ਸੀਰੀਅਸ ਫਾਇਰ ਲੱਗਾ ਆ ਛਾਤੀ ਉੱਤੇ, ਉਹਦੀ ਵੀ ਉਹਨੂੰ ਐਡਮਿਟ ਹੈ, ਅਤੇ ਜਿਹੜਾ ਸੂਰਜ ਆ ਉਹ ਵੀ ਰੱਖ ਰਿਹਾ ਹੋਸਪਿਟਲ। ਜੋ ਇਹਨਾਂ ਨੇ ਪਹਿਲਾਂ ਇਹਨਾਂ ਦਾ ਝਗੜਾ ਹੋਇਆ ਸੀਗਾ ਤਾਰਾਗੜ੍ਹ, ਉੱਥੇ ਪਰਚਾ ਦਰਜ ਹੋਇਆ ਆ, ਉਹਦੀ ਰੰਜਿਸ਼ 'ਚ ਆ ਕੇ ਇਹਨਾਂ ਨੇ ਅੱਜ ਦਿਵਾਲੀ ਵਾਲੇ ਦਿਨ ਆ ਕੇ ਇੱਥੇ ਦਸ਼ਰਿਆਂ ਗੋਲੀਆਂ ਚਲਾ ਕੇ ਇਹਨਾਂ ਮਾਰਿਆ। ਕੋਸ਼ਿਸ਼ ਹੈ ਕਿ ਸ਼ਾਮ ਤੱਕ ਅਸੀਂ ਕੋਈ ਨਾ ਕੋਈ ਇਹਨਾਂ 'ਚੋਂ ਬੰਦੇ, ਕਿਉਂਕਿ ਹਰ ਬੰਦਾ ਜਦੋਂ ਵਾਰਦਾਤ ਕਰਦਾ ਉਹਨੇ ਭੱਜਣਾ ਵੀ ਹੈ, ਡਰਦਾ ਵੀ ਹੈ, ਪਰ ਅਜੇ ਫਿਲਹਾਲ ਫਰਾਰ ਨੇ, ਪਰ ਜਲਦੀ ਪਹੁੰਚ ਤੋਂ ਬਾਹਰ ਨਹੀਂ ਕਾਬੂ ਕਰਾਂਗੇ। ਦੇਖੋ ਹੁਣ ਉੱਥੇ ਬੰਦੇ ਇਹ ਤਾਰਾਗੜ੍ਹ ਕੇਸ ਇੱਦਾਂ ਦਰਜ ਹੋਇਆ ਸੀਗਾ, ਹੁਣ ਉਹਦੇ ਬਾਰੇ ਅਸੀਂ ਫਿਰ ਉਹਦਾ ਵੀ ਪਤਾ ਕਰਦੇ ਹਾਂ ਕੀ ਕੀਤਾ ਇਹਨਾਂ ਨੇ, ਸਾਡੇ ਨਹੀਂ ਹੋਏਗਾ, ਸਾਡੇ ਇਹ ਪਤਾ ਕਰਨਾ ਪਏਗਾ। ਤਫਤੀਸ਼ ਦਾ ਹਿੱਸਾ ਵੀ ਇੱਕ। ਦੀਨਾਨਗਰ ਤੋਂ ਸੁਖਬੀਰ ਸਿੰਘ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।